ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ। ਆਪਾਂ ਜਾ ਰਹੇ ਸੀ ਭਗਤ ਨਾਮਦੇਵ ਦੇ ਜਿਹੜਾ ਮੰਦਿਰ ਆ ਉਧਰਲੀ ਸਾਈਡ, ਅਤੇ ਇੱਕ ਉਹਨਾਂ ਦਾ ਜਨਮ ਸਥਾਨ। ਉਸ ਤੋਂ ਪਹਿਲਾਂ ਇੱਕ ਨਾਨਕਸਰ ਵਾਲਿਆਂ ਦੀ ਠਾਠ ਆਉਂਦੀ ਆ, ਭੁੱਚੋ ਮੰਡੀ ਵਾਲਿਆਂ ਦੀ ਠਾਠ ਬਣਾਈ ਹੋਈ ਆ, ਉਹਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਇੱਥੇ ਪ੍ਰਸ਼ਾਦਾ ਛਕਣ ਤੋਂ ਬਾਅਦ। ਫਿਰ ਆਪਾਂ ਜਾਵਾਂਗੇ ਅੱਗੇ, ਜਿਹੜਾ ਮੰਦਰ ਆ ਟੇਢਾ ਮੰਦਰ ਆ, 5500 ਸਾਲ ਪੁਰਾਣਾ ਮੰਦਰ ਆ ਇਹ। ਅਤੇ ਪੂਰੀ ਵੀਡੀਓ ਦੇਖਿਓ, ਅੱਗੇ ਵੀਡੀਓ ਦੇ ਵਿੱਚ ਪਤਾ ਲੱਗੂਗਾ ਤੁਹਾਨੂੰ ਵੀ ਕਿਵੇਂ ਦਾ ਮੰਦਰ ਆ ਇਹ। ਅਤੇ ਪਹਿਲਾਂ ਦਰਸ਼ਨ ਕਰੋ ਇਸ ਗੁਰਦੁਆਰਾ ਸਾਹਿਬ ਦੇ। ਇੱਥੇ ਇਹ ਵੀ ਗੁਰਦੁਆਰਾ ਸਾਹਿਬ ਠਹਿਰਾਓ ਦੇ ਲਈ ਬਣਾਇਆ ਹੋਇਆ, ਇੱਥੇ ਪ੍ਰਸ਼ਾਦਾ ਪਾਣੀ ਵਧੀਆ ਛਕਣ ਦੇ ਲਈ। ਆਜੋ ਕਰੀਏ ਦਰਸ਼ਨ। ਦਰਬਾਰ ਸਾਹਿਬ ਪੂਰਾ ਗਾਈਡ ਕਰਦਾ ਬਾਈ ਇੱਥੇ। ਇਹਦੀ ਤਿਆਰੀ ਕਾਫੀ ਟਾਈਮ ਦੀ ਇੱਦਾਂ ਚੱਲ ਰਹੀ ਹੈ, ਅਤੇ ਪਹਿਲਾਂ ਆਏ ਸੀਗੇ ਉਦੋਂ ਵੀ ਇੱਦਾਂ ਹੀ ਸੀ। ਉਹਨਾਂ ਦੇ ਕਿਰਤ ਵਿੱਚ ਇੰਨਾ ਪ੍ਰੇਮ ਨਿਰਾਸ਼ੀ ਅਤੇ ਸਾਰੇ ਸਮੇਂ ਇਕੱਠੀ ਹੋ ਕੇ ਉਹਨਾਂ ਦੇ ਕਿਰਤ ਵਿੱਚ ਬੈਠ ਗਏ, ਅਤੇ ਪੰਡਿਤਾਂ ਨੂੰ ਦੇਖ ਕੇ ਬਹੁਤ ਕ੍ਰੋਧ ਆਇਆ, ਗੁੱਸਾ ਆਇਆ ਕਿ ਐਂ ਤਾਂ ਸਾਡਾ ਸਾਰਾ ਕੰਮ ਰੁੱਕ ਜਾਣਾ। ਅਤੇ ਉਹਨਾਂ ਨੇ ਭਗਤ ਨਾਮਦੇਵ ਨੂੰ ਧੱਕੇ ਮਾਰ ਕੇ ਮੰਦਰ 'ਚੋਂ ਬਾਹਰ ਕਰ ਦਿੱਤਾ ਅਤੇ ਕਿਹਾ ਕਿ ਸ਼ਿੰਗੀਆਂ ਛੋਟ ਜਾ ਰਹੀ ਹੈ, ਤੁਸੀਂ ਇਸ ਮੰਦਰ ਵਿੱਚ ਕਿਰਤ ਨਹੀਂ ਕਰ ਸਕਦੇ। ਉਹਨਾਂ ਨੇ ਜਦੋਂ ਮੰਦਰ 'ਚੋਂ ਬਾਹਰ ਕੱਢਿਆ, ਉਹਨਾਂ ਵਿੱਚ ਇੱਕ ਹੀ ਕਾਲੀ ਕਮਰੀ ਸੀ, ਉਹਨਾਂ ਨੇ ਕਮਰੇ ਚੁੱਕੀ ਅਤੇ ਮੰਦਰ ਦੇ ਪਿੱਛੇ ਜਾ ਕੇ ਬੈਠ ਗਏ। ਪਿੱਛੇ ਜਾ ਕੇ ਜੋ ਉਹਨਾਂ ਨੇ ਬਾਣੀ ਜਾ ਰਹੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਦਰਜ ਹੈ, ਉਹਨਾਂ ਨੇ ਕਿਹਾ ਹੱਸ ਖੇਲ ਤੇਰੇ ਜੋਹਰ ਆਇਆ, ਭਗਤ ਰਤਨਾਵਾ ਬੱਕਰ ਉਠਾਇਆ, ਹਿੰਦੀ ਯਾਦ ਨੂੰ ਯਾਦ ਮਦਾਇਆ, ਸ਼ੀਪੇ ਦੇ ਜਨਮ ਕਾਹੇ ਪੁਆਇਆ, ਲੈ ਕੇ ਮਲੀਚਣ ਦਿਓ ਪਲਟਾਏ, ਦੋਹਰੇ ਪਾਸੇ ਬੈਠਾ ਜਾਏ, ਜੋ ਜੋ ਨਾਮ ਆ ਹਰ ਨੂੰ ਤੇਰਾ ਪ੍ਰਜਨਾ ਕੋ ਦੋਹਰਾ ਫਿਰੈ। ਭਾਵ ਕੋ ਉਹਨਾਂ ਨੇ ਵਿਗਾੜ ਦਿੱਤਾ ਕਿ ਪਰਮਾਤਮਾ ਨੂੰ ਕਿਹਾ, ਪ੍ਰਭੂ ਮੈਂ ਤਾਂ ਹੱਸਦਾ ਖੇਲਦਾ ਤੇਰੇ ਦੁਆਰ 'ਤੇ ਆਇਆ ਸੀ, ਤੇਰੀ ਭਗਤੀ ਕਰ ਰਿਹਾ ਸੀ। ਇੰਨਾ ਹੰਕਾਰੀ ਭੰਡਤਾ ਮੈਨੂੰ ਧੱਕੇ ਮਾਰ ਕੇ ਮੰਦਰ 'ਚੋਂ ਬਾਹਰ ਕਰ ਦਿੱਤਾ, ਜੇ ਤੂੰ ਆਪਣੀ ਭਗਤੀ ਕਰਾਉਣੀ ਨਿਸ਼ਚਿਤ ਤਾਂ ਮੈਨੂੰ ਛੋਟ ਜਾ ਵਿੱਚ ਕਿਉਂ ਪੈਦਾ ਕੀਤਾ। ਇਹ ਸੁਣ ਕੇ ਪਰਮਾਤਮਾ ਨੂੰ ਬਹੁਤ ਦੁੱਖ ਹੋਇਆ ਅਤੇ ਸਾਡਾ ਸੱਚਿਆ ਭਗਤ ਮੰਦਰ ਦੇ ਪਿੱਛੇ ਜਾ ਕੇ ਬੈਠ ਗਿਆ। ਜੇ ਪਰਮਾਤਮਾ ਨੂੰ ਦੁੱਖ ਹੋਇਆ ਤਾਂ ਉਹਨਾਂ ਨੇ ਪੂਰਾ ਚਿਰਤ ਸੁਣਨ ਲਈ ਪੂਰਾ ਮੰਦਰ ਘੁੰਮਾ ਕੇ ਭਗਤ ਨਾਮ ਜੀ ਦੇ ਮੁੱਖ ਵੱਲ ਕਰ ਦਿੱਤਾ, ਸਤਨਾਮ ਸ਼੍ਰੀ ਵਾਹਿਗੁਰੂ। ਜਿੱਥੇ ਭਗਤ ਨਾਮਦੇਵ ਜੀ ਬੈਠੇ ਸਨ ਉੱਥੇ ਬਾਬਾ ਜੀ ਨੇ ਕਾਰ ਸੇਵਾ ਕਰਾ ਕੇ ਦਿੱਤੀ। ਉੱਥੇ ਹੀ ਭਗਤ ਨਾਮਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵਾਲੇ ਕਿਸੇ ਮਾਏ ਭਾਈ ਨੇ ਕਾਰ ਸੇਵਾ ਜਾਂ ਲੰਗਰ ਦੀ ਸੇਵਾ ਕਰਨੀ ਹੋਵੇ, ਉਹ 'ਚ ਸਾਰੀ ਸੰਗਤ ਦੀ ਸਹਿਯੋਗ ਨਾਲ ਹੀ ਚੱਲਦੇ ਨੇ। ਕਿਸੇ ਮਾਏ ਭਾਈ ਸਹਿਯੋਗ ਕਰਨਾ ਹੋਵੇ ਤਾਂ ਸਹਿਯੋਗ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ। ਇੱਥੇ ਆਈ ਸੰਗਤ ਉਸ ਨਾਮ ਦੀ ਸੇਵਾ ਲੈਂਦੇ ਹਾਂ, ਜਿਵੇਂ ਜਪਜੀ ਸਾਹਿਬ, ਸੁਖਮਨੀ ਸਾਹਿਬ ਅਤੇ ਗੁਰਦੁਆਰਾ ਸਾਹਿਬ ਫਿਰ ਦਿੱਤੇ ਜਾਂਦੇ ਹਨ। ਜਪਜੀ ਸਾਹਿਬ ਦਾ ਗੁਰਦੁਆਰਾ ਸਾਹਿਬ ਲੈਣਾ ਹੋਵੇ ਤਾਂ ਦਿਨ 'ਚ 10 ਪਾਠ, 50 ਦਿਨ 'ਚ 500 ਪਾਠ। ਸੁਖਮਨੀ ਸਾਹਿਬ ਦਾ ਗੁਰਦੁਆਰਾ ਸਾਹਿਬ ਲੈਣਾ ਹੋਵੇ ਤਾਂ ਦਿਨ 'ਚ 2 ਪਾਠ, 50 ਦਿਨ 'ਚ 100 ਪਾਠ। ਇਹ ਨਾਮ ਦੀ ਸੇਵਾ ਹੈ। ਆਈ ਸੰਗਤ ਨੂੰ ਬੇਨਤੀ ਪ੍ਰਸ਼ਾਦਾ ਛੱਡ ਕੇ ਜਾਣਾ, ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਚਟਨੀ ਦੇ ਨਾਲ ਪ੍ਰਸ਼ਾਦੇ ਅਤੇ ਪ੍ਰਸ਼ਾਦਾ ਛਕ ਲਿਆ ਜੀ ਇੱਥੋਂ ਭੁੱਚੋ ਸਾਹਿਬ ਵਾਲਿਆਂ ਦੇ ਗੁਰਦੁਆਰਾ ਸਾਹਿਬ ਤੋਂ। ਨਾਨਕਸਰ ਦਾ ਗੁਰਦੁਆਰਾ ਸਾਹਿਬ ਆ ਇਹ, ਅਤੇ ਇੱਥੇ ਬਾਬੇ ਬਹੁਤ ਸ਼ਰਧਾ ਦੇ ਨਾਲ ਪ੍ਰਸ਼ਾਦਾ ਛਕਾਉਂਦੇ ਆ, ਵੀ ਕਹਿੰਦੇ ਛਕਣਾ ਹੀ ਪੈਣਾ, ਨਾਲ ਲੱਸੀ, ਤੰਦੂਰ ਦੀ ਰੋਟੀ, ਬਾਕੀ ਰਾਮਪਾਲ ਨੂੰ ਲੱਸੀ ਤੰਦੂਰ ਦੀ ਰੋਟੀ ਅਤੇ ਮੱਖਣੀ ਚਟਨੀ ਅਤੇ ਨਾਲ ਦਾਲ। ਰਾਮ
ਬਿਲਕੁਲ ਵਧੀਆ ਦਰਮਾਨ ਨਾਲ ਬਾਬੇ ਪ੍ਰਸ਼ਾਦਾ ਛਕਾਉਂਦੇ ਆ ਹਾਂਜੀ ਕੀ ਕਹਿਣਾ ਵੀ ਪ੍ਰਸ਼ਾਦਾ ਤੁਸੀਂ ਕਹਿੰਦੇ ਜੀ ਨਹੀਂ ਛਕਣਾ ਫਿਰ ਇੱਕਦਮ ਤੁਹਾਡਾ ਮਨ ਕਿਵੇਂ ਬਦਲ ਗਿਆ ਪ੍ਰਸ਼ਾਦਾ ਛਕਣ ਨੂੰ ਬਾਬੇ ਨੇ ਪਿਆਰ ਸਤਿਕਾਰ ਲੱਗਿਆ ਬਾਬਾ ਜੀ ਨਹੀਂ ਕਿਹਾ ਵੀ ਵਰਸ਼ਾ ਪਿਆ ਅੰਦਰ ਛਕਦਾ ਤਾਂ ਛਕਣਾ ਛਕੋ ਨਹੀਂ ਫਿਰ ਮੈਂ ਅੰਦਰ ਉੱਪਰ ਲੈ ਹੋਰ ਵੱਧ ਇੱਕ ਵਾਰ ਬਾਬਾ ਗਾਈਡ ਪੂਰਾ ਕਰਦਾ ਭਾਈ ਗੱਡੀ ਗੁੱਡੀ ਪੈਕ ਕਰਾਉਂਦਾ ਨਾਲੇ ਦੱਸਦਾ ਹੁਣ ਆਪਾਂ ਚੱਲੇ ਹਾਂ ਅੱਗੇ ਜਿਹੜਾ ਮੰਦਰ ਆ ਟੇਢਾ ਮੰਦਰ ਔਂਡਾ 2 ਕਿਲੋਮੀਟਰ ਇੱਥੋਂ ਔਂਡਾ ਸ਼ਹਿਰ ਦਾ ਨਾਂ ਛੋਟਾ ਜਿਹਾ ਅਤੇ ਹਿੰਗੋਲੀ ਆ ਜਿਹੜਾ ਇੱਥੇ ਜ਼ਿਲ੍ਹਾ ਪੈਂਦਾ ਇਸ ਤੋਂ ਬਾਅਦ ਜਿਹੜਾ ਨਰਸੀ ਆ ਨਰਸੀ ਨਾਮਦੇਵ ਉੱਥੇ ਜਿੱਥੇ ਜਨਮ ਸਥਾਨ ਆ ਭਗਤ ਨਾਮਦੇਵ ਜੀ ਦਾ ਉੱਧਰ ਮੌਸਮ ਇੱਥੇ ਬਹੁਤ ਸੋਹਣਾ ਸੀਗਾ ਇੱਧਰ ਥੋੜ੍ਹੇ ਜਿਹੇ ਪਹਾੜ ਵੀ ਹੈਗੇ ਆ ਅਤੇ ਅੱਗੇ ਜਿਹੜਾ ਮੰਦਰ ਆ ਉਹ ਇੱਕੋ ਹੀ ਪੱਥਰ ਦਾ ਮੰਦਰ ਬਣਿਆ ਹੋਇਆ ਟੇਢਾ ਮੰਦਰ ਆ ਮਤਲਬ ਕਿ ਅੱਧਾ ਘੁੰਮਿਆ ਹੋਇਆ ਮੰਦਰ ਅੱਗੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਦੇਖੋ ਪਾਣੀ ਜਗਾ ਖੜਾ ਇਹ ਆ ਗਿਆ ਮੰਦਰ ਰੁਕ ਜਾ ਭਗਤ ਨਾਮਦੇਵ ਜੀ ਦਾ ਅੱਗੇ ਮੰਦਰ ਦਿਖਾਉਂਦੇ ਆ ਤੁਹਾਨੂੰ ਇਹ ਆ ਮੰਦਰ ਜਿੱਥੋਂ ਸ਼ੁਰੂ ਕਰਨਾ ਇਹਨੂੰ ਉੱਥੋਂ ਹੀ ਛੱਡਣਾ ਵਾ ਇਹਦਾ ਕੀ ਇਤਿਹਾਸ ਕੀ ਆ ਬਤਾ ਦਿਓ ਠੀਕ ਆ ਚਲੋ ਵੀ ਸੰਗਤ ਜੀ ਜਿੱਥੋਂ ਸ਼ੁਰੂ ਕਰਨੀ ਆ ਉੱਥੋਂ ਹੀ ਛੱਡਣੀ ਆ ਹਾਂ ਜਿਹੜੀ ਵੀ ਇੱਛਾ ਹੈਗੀ ਆ ਮਨ ਦੇ ਵਿੱਚ ਬੇਨਤੀ ਕਰਦੇ ਹਾਂ ਇਹ ਹੈਗਾ ਭਗਤ ਨਾਮਦੇਵ ਜੀ ये श्री संत भगत नामदेव जी के हाथ लगाए वाली चक्की है इसमें कुछ बदले वाली चीज़ नहीं है भगत नामदेव जी को यहाँ आके हो गए 750 साल चक्की को 1100 साल हो गए इस दीवार के पीछे मंदिर है जो कौरव पांडव के ज़माने का है जब से लॉकडाउन लगा है तब से मंदिर बंद है मंदिर का गेट खुला नहीं है ये मंदिर की तस्वीर है उसका जो मेन गेट 1212 में पहले इधर था पूर्व दिशा में जब भगत नामदेव जी यहाँ गुरु करने के लिए आए थे मंदिर के सामने अपना कीर्तन भजन करने के लिए बैठे थे जैसे आप मेरे सामने साखी सुनने के लिए बैठे वैसे ही उनके सामने संगत आके बैठी थी वहाँ के पंडित लोगों को अच्छा नहीं लगा नामदेव जी को छोटे जात का समझाकर मंदिर के सामने से उठा के मंदिर के पीछे बिठा दिया उधर बैठ के उन्होंने अरदास की जाति धर्म बनाना है तो इंसान क्यों बनाया जो ग्रंथ में लिखा है गुरुवाणी में दूध कटोरे कड़वे पानी नामदेव कपला दोयानी दूध पियो मेरे गोविंद रायो घर को बाप रिसायो सुन कटोरे अमृत भरी ले नाया अमे धरी हसत खिलत तेरे देहोरे आया ले नामा पगड़ उठाया हिनड़ी जात मेरे जातम राया सीपे के जलम काहे को आया ले कमली जो लो पलटाए देहोरे पासे बैठा जाए जो जो नामा हरगुन उचरे भगत जना का देहोरा फिरे उनके भक्ति से पूर्व वाला गेट पश्चिम दिशा में घूम गया मंदिर घुमाने के बाद इस आश्रम में आके रुक गए यहाँ देख लिया साधु सन्यासी लोग चक्की को कैसे चलाते तो इसको पहले बैल लगा के पीस के खाते थे तो बैल को पीसने नहीं जा रहा था संगत बढ़ती जा रही थी भगत नामदेव जी ने सोच लिया मेरे हाथ से कुछ सेवा होना चाहिए चक्की पे उन्होंने हाथ रख दिया
और विट्ठल भगवान जी का नाम लिया जिन्होंने 72 बार दर्शन दिया है। जो गुरुवाणी में उनकी वाणी लिखी है, ए भी विट्ठल ओ भाई विट्ठल, विट्ठल बिन संसार नहीं। चक्की अपने आप 3.5 दिन चलने लगी। यहाँ जितना अनाज था उन्होंने पीस कर सन्यासी लोगों को, आने वाले संगत को उन्होंने लंगर खिला दिया। अभी भी वीरवार सोमवार के दिन लंगर होता है। रोजाना वैसे फूलों की सजावट बनती है तो परिवार में सुख शांति तंदुरुस्ती और चढ़ती कला के लिए अरदास होती है। तो फूलों का भेटा होता है 100 रुपया। यहाँ पे नाम पता लेते, 15-20 दिन के बाद नंबर आता है, आपको फ़ोन पे बताते कि आज आपके परिवार में सुख शांति तंदुरुस्ती और चढ़ती कला के लिए अरदास हो रही है। इच्छा हो सेवा दे के नाम दे सकते, नहीं देना कोई बात नहीं है। प्रसाद लो, सामने नामदेव जी की गद्दी है, भगत नामदेव जी के गुरु का मंदिर है, यहाँ पे खिड़की है, खिड़की में से मंदिर देख लो। एक बार सारी संगत बोलो वाहेगुरु जी का खालसा, वाहेगुरु जी। नहीं नहीं वैसे कुछ नहीं, क्या चीज़ है? जो पहले जो जमाने में लोग अपने आप को श्रेष्ठ मानते थे, जाति धर्म बहुत करते थे ना, उस समय उनको मानते थे लोग। अभी तो कोई जाति धर्म मानता ही नहीं, कोई भी आ सकता है, कोई भी दर्शन कर सकता है। अभी इस मंदिर में एक आंधा मुस्लिम आएगा, उनको नहीं बोल सकते, नहीं ना, कोई भी आ सकता है, कोई किसी की श्रद्धा है, जैसे मर्जी आ सकता है, जो भी मर्जी आ सकता है, कोई भी आओ कोई भी जाओ, दर्शन के लिए किसी को मना नहीं है। कोई किसी अभी आएगा, कोई दर्शन करेगा तो उनका भी अच्छा होगा ना, उनकी भी मनोकामना जो होंगी वो भगवान के सामने अपना रखेगा ना। भगत नामदेव जी के गुरु का क्या नाम था? सुबा खेचर। जो नामदेव जी को 72 बार दर्शन दिया है वो विट्ठल भगवान है, जिन्होंने उनको भेजा था इधर गुरु करने के लिए, उनके गुरु का नाम है सुबा खेचर। सुबा उनका नाम, उनके बाद वो मुक्त हो गए, बोले तो उनको गुरु मंत्र देने के बाद मुक्त हो गए। प्रसाद नामदेव जी को विट्ठल भगवान जी अलग अलग रूप में दर्शन दिया है, कुत्ते के रूप में दिया है, हर इंसान के रूप में दिया है उनको। प्रत्यक्ष दर्शन, हाँ उनको प्रकट दर्शन, तो पहला दर्शन तो 5 साल की उम्र में हुआ था ना, 5 साल के बाद में हर उनको अलग अलग रूप में देते ही रहे। ये है जी भगत नाम देव जी का मंदिर। कोरोना के करके मंदिर बंद पिया वा, ये इको ही पत्थर का मंदिर बनया हुआ वा, तो जिहड़ा इहदा मेन पासा वा मूँह आ जिहड़ा वो शिपदी वाले पासे आ। आम जिहड़े मंदिर होंदे आ उन्हां दा जिहड़ा मूँह होंदा चढ़दी वाले पासे होंदा। भगत नामदेव जी नूं उन्हां दे नाल ईरखा रखदे सी जिहड़े इत्थों दे पंडित सीगे, ते उन्हां ने मंदिर दे पिछे जा के उह बैठ के भगत नामदेव जी ते मंदिर सारा बणिया दा बणिया घूम गया सीगा। ये आ मंदिर 5000 साल लगभग, लगभग 5000 साल पुराना मंदिर है। कौरव पांडव वेले का मंदिर है। ये उत्ते ना बहुत तस्वीर बनिया हुई, मूर्तियां भी कह सकते हैं, मैं जूम करके दिखाना थोनू। देखो एक ही पत्थर का मंदिर है सारा, है ये तो छोटिया छोटिया सारे तस्वीर बनिया हुई। औरंगजेब वालों ढा दिता गया, बाद बनया वा थले सारा पुराना ही। इधरले पास्यों दोस्तों भगत नामदेव जी एंटर हुए थे, भी जो इधरले पास फ्रंट सी हम बैक साइड, तो वो वाली जी दसदा परले पास नीलिया चादर पाई हुई, उधरले पास फ्रंट वाला हिस्सा वा, तो वह हिस्सा इधर से जो भगत नामदेव जी ये बैक साइड जाके बैठ के उधर तो ही मूँह यदा घूम गया। फिर इतों के जोड़े लोग से उन्होंने पता लगे भी यह कोई आम इंसान नहीं है, जेडे भगत नामदेव जी है। देखो ये सारा ही एको ही पत्थर का बनया हुआ,
ਤੇ ਛੋਟੀਆਂ ਛੋਟੀਆਂ ਮੂਰਤੀਆਂ ਇਹਦੇ ਤੇ ਬਹੁਤ ਬਣੀਆਂ ਹੋਈਆਂ ਨੇ। ਮੰਦਰ ਬੰਦ ਹੋਣ ਕਰਕੇ ਇਹ ਤੁਹਾਨੂੰ ਪੂਰਾ ਨਹੀਂ ਦਿਖਾ ਸਕਦੇ। ਇੱਕ ਗੱਲ ਹੋਰ ਦੇਖਣ ਵਾਲੀ ਆ ਦੋਸਤੋ, ਇਹਦੀ ਨਾ ਨੀਂਹ ਨਹੀਂ ਹੈਗੀ। ਜਿਵੇਂ ਆਮ ਆਪਾਂ ਘਰ ਦੇ ਵਿੱਚ ਕੋਈ ਵੀ ਇਮਾਰਤ ਬਣਾਉਂਦੇ ਹਾਂ ਉਹਦੀ ਨੀਂਹ ਰੱਖਣੀ ਪੈਂਦੀ ਆ ਆਪਾਂ ਨੂੰ। ਇਹ ਉੱਪਰ ਹੀ ਪਿਆ ਵਾ ਪੱਥਰ ਆ ਜਿਹੜਾ ਮੰਦਰ ਆ, ਅਤੇ ਸਾਰਾ ਇਹ ਇੱਕੋ ਹੀ ਪੱਥਰ ਦਾ ਬਣਿਆ ਹੋਇਆ। ਘੜ ਘੜ ਕੇ ਮੂਰਤੀਆਂ ਬਣਾਈਆਂ ਗਈਆਂ, ਇਹਦੇ ਅੰਦਰ ਜੋ ਵੀ ਆ ਮੀਨਾਕਾਰੀ ਕੀਤੀ ਗਈ ਆ ਇੱਕੋ ਹੀ ਪੱਥਰ ਦੇ ਵਿੱਚੋਂ ਕੀਤੀ ਗਈ ਆ, ਅਤੇ ਇਹਦੀ ਨੀਂਹ ਨਾ ਹੋਣ ਕਰਕੇ ਹੀ ਇਹ ਘੁੰਮਿਆ ਵਾ। ਅਰੇ ਯਹਾਂ ਸੇ ਦੇਖੋ ਉਹ ਨੀਚੇ ਸੇ ਨੀਂਹ ਛੱਡਦੀ ਹੈ ਉਸਨੇ, ਉਹ ਨੀਚੇ ਹਾਂ ਤੇੜ ਛੱਡਦੀ ਹੈ ਨਾ। ਹਾਂ ਇਹ ਉੱਪਰ ਕਾ ਜਿੰਨਾ ਵਾਈਟ ਵਾਲਾ ਹਿੱਸਾ ਹੈ ਨਾ, ਇਹ ਔਰੰਗਜ਼ੇਬ ਨੇ ਡੈਮੇਜ ਕੀਤਾ ਮੰਦਰ ਨੂੰ। ਅੱਛਾ, ਫਿਰ ਉਹ ਇੰਦੌਰ ਦੀ ਮਹਾਰਾਣੀ ਅਹਿਲਿਆ ਦੇਵੀ ਨੇ ਬਣਾਇਆ। ਇਹ ਪੱਥਰ ਕਾ ਪੁਰਾਣਾ ਹੈ, ਪਾਂਡਵ ਨੇ ਬਣਾਇਆ ਹੁਆ। ਉੱਪਰ ਕਾ 350 ਸਾਲ ਪੁਰਾਣਾ ਹੈ, ਪੱਥਰ ਕਾ 5500 ਸਾਲ ਪੁਰਾਣਾ। ਇਸ ਮੰਦਰ ਕੋ ਤਿੰਨ ਗੇਟ ਹੈ, ਇਹ ਇੱਕ ਹੈ ਉਧਰ, ਇੱਕ ਹੈ ਔਰ ਉਧਰ ਕਾ ਇੱਕ ਹੈ। ਉਧਰ ਕਾ ਮੇਨ ਗੇਟ ਹੈ, ਠੀਕ ਆ, ਉਹ ਪਹਿਲੇ ਇੱਧਰ ਥਾ ਅਬ ਉੱਧਰ ਹੋ ਗਿਆ। ਠੀਕ ਆ, ਉਹ ਮੇਨ ਗੇਟ ਆ ਵੀ ਜਿਹੜਾ ਭੁੱਚੋ ਸਾਹਿਬ ਵਾਲਿਆਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪਾਂ 2 ਕਿਲੋਮੀਟਰ ਪਿੱਛੇ ਦੇਖਿਆ, ਉਹ ਪਹਿਲਾਂ ਇੱਥੇ ਬਣਨ ਲੱਗਿਆ ਸੀਗਾ, ਉਹ ਬਣ ਨਹੀਂ ਦਿੱਤਾ ਰੋਕਦੇ। 2 ਸਾਲ ਇੱਥੇ ਲੰਗਰ ਚਲਾਇਆ, 2 ਸਾਲ ਲੰਗਰ ਚਲਾਇਆ ਇੱਥੇ, ਫਿਰ ਉਹਨਾਂ ਨੇ ਆਪਦਾ 2 ਕਿਲੋਮੀਟਰ ਪਿੱਛੇ ਆਪਦਾ ਲੰਗਰ ਬਣਾ ਲਿਆ। ਉਹ ਕਿਉਂ ਨਹੀਂ ਬਣਨ ਦਿੱਤਾ ਬਈ? ਉਹ ਪੰਡਿਤ ਬੋਲੇ ਤੂੰ ਕਬਜ਼ਾ ਕਰ ਲੋਗੇ। ਅੱਛਾ, ਪੰਡਿਤ ਬੋਲੇ ਵੀ ਤੁਸੀਂ ਕਬਜ਼ਾ ਕਰ ਲਓਗੇ, ਅਸੀਂ ਨਹੀਂ ਬਣ ਦੇਣਾ। ਅਤੇ ਇਹ ਸੀ ਮਿੱਤਰੋ ਮੰਦਰ, ਸ਼ੇਅਰ ਕਰ ਦਿਓ ਅਤੇ ਨਾਲ ਹੋਰਾਂ ਨੂੰ ਵੀ ਦਿਖਾਓ। ਖੜਾਵਾਂ ਨੇ ਬਾਬਾ ਜੀ ਦੀਆਂ, ਸ਼੍ਰੋਮਣੀ ਭਗਤ ਨਾਮਦੇਵ ਜੀ ਮਹਾਰਾਜ ਦੀਆਂ ਖੜਾਵਾਂ ਦੇ ਦਰਸ਼ਨ ਕਰੋ ਜੀ। ਖੜਾਵਾਂ ਇੱਥੇ ਵੀ ਟਿੱਕੇ ਵਾਲਾ ਕੰਮ ਬਹੁਤ ਚੱਲਦਾ, ਮੇਰੇ ਵੀ ਲਾਉਣ ਲੱਗਿਆ ਸੀ ਟਿੱਕਾ ਇੱਕ ਬੰਦਾ। ਤੇਰੇ ਵੀ ਲਾਇਆ ਸੀ ਤਨਾ, ਹੋਇਆ ਸੀ ਮੋਰ ਨੂੰ? ਹਾਂ, ਟਿੱਕਾ ਲਾ ਕੇ ਤੇ ਕਹਿੰਦੇ 200 ਰੁਪਈਆ। ਹੁਣ ਅਸੀਂ ਚੱਲੇ ਹਾਂ ਭਗਤ ਨਾਮਦੇਵ ਜੀ ਦੇ ਘਰ ਜਿੱਥੇ ਜਨਮ ਸਥਾਨ ਉਹਨਾਂ ਦਾ, ਅਤੇ ਇੱਥੇ ਕਹਿੰਦੇ ਇੱਕ ਸਕੂਲ ਵੀ ਬਣਾਇਆ ਹੋਇਆ ਵਾ, ਜਿਹੜੇ ਬੱਚੇ 10ਵੀਂ ਕਲਾਸ 'ਚ ਪੜ੍ਹਦੇ ਆ ਉਹ ਜਿਵੇਂ ਸੰਗਤ ਆਉਂਦੀ ਉਹਨਾਂ ਨੂੰ ਗਾਈਡ ਕਰਦੇ ਆ, ਉਹ ਸਾਖੀਆਂ ਸੁਣਾਉਂਦੇ ਆ। ਦੇਖੋ ਵੀ ਮੰਦਰ ਇਹ ਭਗਤ ਨਾਮਦੇਵ ਜੀ ਦਾ, ਇੱਧਰਲੇ ਪਾਸੇ ਉੱਪਰ ਝੰਡਾ ਲੱਗਿਆ ਹੋਇਆ ਸਾਹਿਬ ਸੈਨਾ ਵਾਲਾ ਦਾ। ਟਿੱਕੇ ਵਾਲਾ ਕੰਮ ਬਹੁਤ ਚੱਲਦਾ ਇੱਥੇ। ਇਹ ਆ ਮੰਦਰ, ਉੱਧਰਲੇ ਪਾਸਿਓਂ ਘੱਟ ਦਿਆ ਸੀਗਾ ਮੰਦਰ ਬੰਦ ਆ ਕਰੋਨਾ ਕਰਕੇ, ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਤੁਸੀਂ ਦਰਸ਼ਨ ਕਰ ਸਕਦੇ ਹੋ। ਸ਼ੇਅਰ ਕਰ ਦਿਓ ਮਿੱਤਰੋ ਵੀਡੀਓ, ਬੜਾ ਰਿਸਕ ਲੈ ਕੇ ਵੀਡੀਓ ਬਣਾਉਣ ਡਏ ਹਾਂ। ਬੰਦ ਆ ਵੀ, ਇਹ ਵੀ ਗੇਟ ਵੀ ਬੰਦ ਆ, ਕਰੋਨਾ ਕਰਕੇ ਗੇਟ ਬੰਦ ਆ। ਐਂ ਟਿੱਕਾ ਲਾਉਂਦੇ ਆ, ਰੁਪਈਆ 100 ਫੜ ਲੈਂਦੇ ਆ। ਆਹ ਗੇਟ ਖੁੱਲ੍ਹਾ ਲੱਗਦਾ ਮੈਨੂੰ, ਬੰਦ ਆ ਵੀ। ਕਰੋਨਾ ਕਰਕੇ ਸਾਰੇ ਗੇਟ ਬੰਦ ਕੀਤੇ, ਕਹਿੰਦੇ 7 ਤਰੀਕ ਨੂੰ ਖੁੱਲ੍ਹਣਗੇ, ਉਦੋਂ ਤੱਕ ਤਾਂ ਅਸੀਂ ਚਲੇ ਜਾਣਾ। ਉਹ ਖੜੀ ਆ ਗੱਡੀ ਆਪਣੀ, ਇਹਨਾਂ ਨੇ ਜਾਣ ਕੇ ਡਰਦੇ ਆ ਉਹ। ਤੂਫਾਨ ਕਹਿੰਦੇ ਆ, ਨਹੀਂ ਬਸ ਇਹਨੇ ਬਹਿ ਜਾਂਦੇ ਆ।